ਚੰਡੀਗੜ੍ਹ ਪੁਲਿਸ ਵੱਲੋਂ ਇੱਕ ਪ੍ਰੋਗਰਾਮ ਦੁਆਰਾ ਅੱਜ 3ਵੇਂ ਨੈਸ਼ਨਲ ਰੋਡ ਸੇਫਟੀ ਹਫ਼ਤੇ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਪ੍ਰੋਗਰਾਮ ਦੁਆਰਾ ਸਕਿੱਟਾਂ ਪੇਸ਼ ਕਰਕੇ ਲੋਕਾਂ ਨੂੰ ਟ੍ਰੈਫਿਕ ਰੂਲਸ ਦੇ ਪ੍ਰਤੀ ਜਾਗਰੂਕ ਕੀਤਾ ਗਿਆ। ਚੰਡੀਗੜ੍ਹ ਪੁਲਿਸ ਦੇ ਡੀਜੀਪੀ ਸੰਜੇ ਬੈਨੀਵਾਲ ਨੇ ਦੱਸਿਆ ਕਿ ਰੋਡ ਸੇਫਟੀ ਦੇ ਵਿਸ਼ੇ ਤੇ ਚੰਡੀਗੜ੍ਹ ਪੁਲਿਸ ਵੱਡੇ ਕਦਮ ਚੁੱਕ ਰਹੀ ਹੈ, ਪਰ ਇਸ ਲਈ ਨਾਗਰਿਕ ਨੂੰ ਵੀ ਜਾਗਰੂਕ ਹੋਣਾ ਪਵੇਗਾ। ਪਬਲਿਕ ਟਰਾਂਸਪੋਰਟ ਨੂੰ ਵਧਾਵਾ ਦੇਣ ਲਈ ਪ੍ਰਸ਼ਾਸਨ ਧਿਆਨ ਦੇ ਰਿਹਾ। ਤੁਹਾਨੂੰ ਦੱਸ ਦਈਏ ਕਿ ਕੇਂਦਰ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਰੋਡ ਸੇਫਟੀ ਹਫ਼ਤੇ ਦੀ ਸ਼ੁਰੂਆਤ ਕੀਤੀ ਗਈ ਹੈ, ਜਿਸ ਨੂੰ ਪੂਰੇ ਭਾਰਤ ਵਿੱਚ ਲੋਕਾਂ ਨੂੰ ਟ੍ਰੈਫਿਕ ਰੂਲਸ ਦੇ ਪ੍ਰਤੀ ਜਾਗਰੂਕ ਕਰਕੇ ਮਨਾਇਆ ਜਾ ਰਿਹਾ। ਜਬ ਸ਼ਹਿਰ ਬੜਤਾ ਹੈ ਤੋ ਟ੍ਰੈਫਿਕ ਵੀ ਬੜਤਾ ਹੈ, ਟ੍ਰੈਫਿਕ ਬੜਤਾ ਹੈ ਤੋ ਉਸਕੀ ਸਮੱਸਿਆਵਾਂ ਵੀ ਉਸਸੇ ਕਹੀਂ ਜ਼ਿਆਦਾ ਅਨੁਪਾਤ ਮੇਂ ਬੜਤੀ ਹੈ, ਕਿਉਂਕਿ ਰੋਡ ਲੈਂਥ ਉਤਨਾ ਨਹੀਂ ਬੜਤੇ। ਤੋ ਇਸ ਲਈ ਇਸ ਸਿਟੀ ਕੋ ਇਸਕਾ ਮੂਵਮੈਂਟ ਕੰਟੀਨਿਊ ਰੱਖਣੇ ਕੇ ਲੀਏ ਔਰ ਸੇਫ ਰੱਖਣੇ ਕੇ ਲੀਏ ਜ਼ਰੂਰੀ ਹੈ ਕਿ ਹਮ ਸਭ ਲੋਕ ਮਿਲ ਕੇ ਯੇ ਇਨਸ਼ੋਰ ਕਰੇ ਕਿ ਮੇਰਾ ਬਿਹੇਵੀਅਰ ਮੇਰੀ ਸੇਫਟੀ ਕੇ ਲੀਏ ਵੀ ਹੋ ਔਰ ਦੂਸਰੋਂ ਕੀ ਸੇਫਟੀ ਕੇ ਲੀਏ ਵੀ ਹੋ। ਤੋ ਮੈਂ ਜਬ ਸੜਕ ਪੇ ਆਊਂ ਤੋ ਹੈਲਮੈਟ ਪਹਿਨ ਕੇ ਆਊਂ, ਯਦੀ ਮੈਂ ਸਾਈਕਲ ਚਲਾ ਰਹਾ ਹੂੰ ਤੋ ਸਾਈਕਲ ਟਰੈਕ ਪੇ ਚਲਾਊਂ, ਯਦੀ ਪੈਦਲ ਚੱਲ ਰਹਾ ਹੂੰ ਤੋ ਜਹਾਂ ਫੁੱਟਪਾਥ ਹੈ ਉਸ ਪੇ ਚਲੂੰ। ਯੇ ਐਸੇ ਬਿਹੇਵੀਅਰਸ ਹੈ, ਯਾ ਗਾੜੀ ਚਲਾ ਰਹਾ ਹੂੰ ਤੋ ਸਪੀਡ ਕੀ ਲਿਮਿਟ ਮੇਂ ਚਲਾਊਂ, ਯਾ ਰੈੱਡ ਲਾਈਟ ਹੈ ਤੋ ਮੈਂ ਰੋਕੂੰ। ਯੇ ਐਸੇ ਬਿਹੇਵੀਅਰ ਹੈ ਜੋ ਹਮਕੋ ਫੋਲੋ ਕਰਨੇ ਕੇ ਲੀਏ ਬਾਰ ਬਾਰ ਯਾਦ ਦਿਲਾਨਾ ਵੀ ਪੜਤਾ ਹੈ। ਚੰਡੀਗੜ੍ਹ ਤੋਂ ਮੋਲ ਗੁਲਾਟੀ ਦੇ ਨਾਲ ਬਿਊਰੋ ਰਿਪੋਰਟ, ਦੈਨਿਕ ਸਵੇਰਾ ਟੀਵੀ।